सब्सक्राइब करें छड़जिकला टाइम टीवी को और लेटेस्ट अपडेट पाने के लिए प्रेस करें बेल आइकन को। ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲੇਟਿਨ ਦਾ ਆਗਾਜ਼ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹੁਣ ਤੱਕ ਦੀਆਂ ਖਾਸ ਖਬਰਾਂ ਤੇ। ਨੀਰਵ ਮੋਦੀ ਦੀਆਂ ਮੁਸ਼ਕਲਾਂ ਵਿੱਚ ਵਾਧਾ। ਲੰਡਨ ਅਦਾਲਤ ਨੇ ਨੀਰਵ ਮੋਦੀ ਨੂੰ ਕੋਰਟ ਤੋਂ ਜ਼ਮਾਨਤ ਦੇਣ ਤੋਂ ਕੀਤੀ ਨਾਂਹ। 26 ਅਪ੍ਰੈਲ ਤੱਕ ਨੀਰਵ ਮੋਦੀ ਨੂੰ ਜੇਲ੍ਹ ਵਿੱਚ ਰਹਿਣਾ ਪਏਗਾ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਜੈਸ਼ ਏ ਮੁਹੰਮਦ ਦੇ ਅੱਤਵਾਦੀ ਸਜਾਦ ਖਾਨ ਨੂੰ 26 ਅਪ੍ਰੈਲ ਤੱਕ ਨਿਆਇਕ ਹਿਰਾਸਤ ਵਿੱਚ ਭੇਜਿਆ। ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਮੁਦਸਿਰ ਅਹਿਮਦ ਖਾਨ ਦਾ ਕਰੀਬੀ ਸਹਿਯੋਗੀ ਮੰਨਿਆ ਜਾਂਦਾ ਹੈ ਸਜਾਦ ਖਾਨ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ ਵੱਡਾ ਦਾਅਵਾ। ਕਿਹਾ, ਝੂਠੇ ਪਰਚੇ ਦੇਣ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ਼ ਕਰਾਂਗੇ ਸਖ਼ਤ ਕਾਰਵਾਈ। ਪੀਐਨਬੀ ਘੁਟਾਲੇ ਸਬੰਧੀ ਸੁਣਵਾਈ ਦੌਰਾਨ ਕੋਰਟ ਨੇ ਨੀਰਵ ਮੋਦੀ ਨੂੰ ਵੱਡਾ ਝਟਕਾ ਦਿੰਦਿਆਂ ਉਸ ਨੂੰ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਹ ਫੈਸਲਾ ਲੰਡਨ ਦੀ ਵੈਸਟਮਿੰਸਟਰ ਕੋਰਟ ਵੱਲੋਂ ਸੁਣਾਇਆ ਗਿਆ। ਕੋਰਟ ਨੇ ਉਸਦੀ ਜ਼ਮਾਨਤ ਅਰਜ਼ੀ ਨੂੰ ਨਾਮਨਜ਼ੂਰ ਕਰ ਦਿੱਤਾ ਹੈ ਅਤੇ ਹੁਣ ਮੋਦੀ ਨੂੰ 26 ਅਪ੍ਰੈਲ ਤੱਕ ਜੇਲ੍ਹ ਵਿੱਚ ਰਹਿਣਾ ਪਏਗਾ। ਦੱਸ ਦਈਏ ਕਿ ਨੀਰਵ ਮੋਦੀ ਨੂੰ ਵੈਸਟਮਿੰਸਟਰ ਕੋਰਟ ਵਿੱਚ ਪੇਸ਼ ਕੀਤਾ ਗਿਆ। ਨੀਰਵ ਮੋਦੀ ਵੱਲੋਂ ਵਕੀਲ ਆਨੰਦ ਦੁਬੇ ਨੇ ਕੋਰਟ ਵਿੱਚ ਪੱਖ ਰੱਖਿਆ। ਮਾਮਲੇ ਦੀ ਸੁਣਵਾਈ ਕਰਦੇ ਹੋਏ ਜੱਜ ਨੇ ਨੀਰਵ ਮੋਦੀ ਨੂੰ ਬਿਨਾਂ ਸ਼ਰਤ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਜੱਜ ਨੇ ਕਿਹਾ ਕਿ ਬੈਂਕ ਨੂੰ ਕਾਫ਼ੀ ਨੁਕਸਾਨ ਹੋਇਆ, ਸਬੂਤਾਂ ਨੂੰ ਤਬਾਹ ਕੀਤਾ ਗਿਆ ਹੈ ਅਤੇ ਜੱਜ ਨੇ ਕਿਹਾ ਕਿ ਮੇਰੇ ਵਿਚਾਰ ਵਿੱਚ ਇਹ ਧੋਖਾਧੜੀ ਦਾ ਬਹੁਤ ਹੀ ਅਸਾਧਾਰਨ ਮਾਮਲਾ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਜੈਸ਼ ਏ ਮੁਹੰਮਦ ਦੇ ਅੱਤਵਾਦੀ ਸਜਾਦ ਖਾਨ ਨੂੰ 26 ਅਪ੍ਰੈਲ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਹ ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਮੁਦਸਿਰ ਅਹਿਮਦ ਖਾਨ ਦਾ ਕਰੀਬੀ ਸਹਿਯੋਗੀ ਮੰਨਿਆ ਜਾਂਦਾ ਹੈ। ਉਸਦੇ ਰਿਮਾਂਡ ਖਤਮ ਹੋਣ ਤੋਂ ਬਾਅਦ ਐਨਆਈਏ ਵੱਲੋਂ ਉਸਨੂੰ ਸ਼ੁੱਕਰਵਾਰ ਨੂੰ ਐਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਜਾਂਚ ਏਜੰਸੀ ਨੇ ਉਸਦਾ ਕੋਈ ਹੋਰ ਰਿਮਾਂਡ ਨਹੀਂ ਮੰਗਿਆ। ਇੱਥੇ ਦੱਸ ਦਈਏ ਕਿ ਪੁਲਵਾਮਾ ਅੱਤਵਾਦੀ ਹਮਲੇ ਦੇ ਬਾਅਦ ਤੋਂ ਹੀ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਇਸ ਦੀ ਤਲਾਸ਼ ਵਿੱਚ ਜੁਟੀ ਸੀ, ਜਿਸ ਨੂੰ 22 ਮਾਰਚ ਨੂੰ ਲਾਲ ਕਿਲੇ ਕੋਲੋਂ ਲਾਜਪਤ ਰਾਏ ਮਾਰਕੀਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਤੱਕ ਜਾਣਕਾਰੀ ਮੁਤਾਬਿਕ ਅੱਤਵਾਦੀ ਸਜਾਦ ਖਾਨ ਦੇ 2 ਭਰਾ ਵੀ ਜੈਸ਼ ਏ ਮੁਹੰਮਦ ਨਾਲ ਜੁੜੇ ਹੋਏ ਸਨ, ਜਿਨ੍ਹਾਂ ਨੂੰ ਫੌਜ ਨੇ ਪਹਿਲਾਂ ਹੀ ਐਨਕਾਊਂਟਰ ਵਿੱਚ ਮਾਰ ਸੁੱਟਿਆ ਸੀ। ਸਪੈਸ਼ਲ ਸੈੱਲ ਦੇ ਡਿਪਟੀ ਕਮਿਸ਼ਨਰ ਪ੍ਰਮੋਦ ਸਿੰਘ ਸ਼ਵਾਹਾ ਅਨੁਸਾਰ ਅੱਤਵਾਦੀ ਸਜਾਦ ਨੂੰ ਦਿੱਲੀ ਵਿੱਚ ਜੈਸ਼ ਏ ਮੁਹੰਮਦ ਵੱਲੋਂ ਸਲੀਪਰ ਸੈੱਲ ਸਥਾਪਿਤ ਕਰਨ ਦਾ ਕੰਮ ਸੌਂਪਿਆ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ਤੇ ਸਭ ਤੋਂ ਪਹਿਲਾਂ ਕੰਮ ਉਹ ਪੁਲਿਸ ਵਾਲਿਆਂ ਖਿਲਾਫ਼ ਕਾਰਵਾਈ ਕਰਨਗੇ ਅਤੇ ਝੂਠੇ ਪਰਚੇ ਪਾਉਣ ਵਾਲਿਆਂ ਨੂੰ ਨੌਕਰੀ ਤੋਂ ਕੱਟ ਕੇ ਜੇਲ੍ਹ ਲੱਗਣਗੇ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਕਾਨੂੰਨ ਬਚਾਉਣ ਲਈ ਨੌਕਰੀ ਮਿਲੀ ਹੈ, ਪਰ ਅੱਜ ਦੀ ਪੁਲਿਸ ਕਾਨੂੰਨ ਤੋੜ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਤਿਹਾਸ ਦੇ ਸਭ ਤੋਂ ਵੱਧ ਨਿਕੰਮੇ ਮੁੱਖ ਮੰਤਰੀ ਨੇ। ਗੁਰਦਾਸਪੁਰ ਵਿੱਚ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਗੁਰੂ ਸਾਹਿਬ ਨਾਲ ਧੋਖਾ ਕੀਤਾ ਹੈ। 2 ਸਾਲਾਂ ਦੇ ਕਾਰਜਕਾਲ ਵਿੱਚ ਕਾਂਗਰਸ ਸਰਕਾਰ ਨੇ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਗਰੀਬ ਲੋਕਾਂ ਤੇ ਬਿਜਲੀ ਦਰਾਂ ਵਧਾ ਕੇ ਵਾਧੂ ਬੋਝ ਪਾਇਆ, ਪਰ ਕੈਪਟਨ ਘਰ ਵਿੱਚ ਸੁੱਤੇ ਰਹਿੰਦੇ ਨੇ। ਪੰਜਾਬ ਦੇ ਲੋਕਾਂ ਨੇ ਕੈਪਟਨ ਦਾ ਵਿਸ਼ਵਾਸ ਕੀਤਾ, ਪਰ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਲੋਕ ਜਵਾਬ ਦੇਣਗੇ। ਉਨ੍ਹਾਂ ਦਾਅਵਾ ਕੀਤਾ ਹੈ ਕਿ ਅਗਲੇ 15 ਸਾਲ ਕਾਂਗਰਸ ਦੀ ਸਰਕਾਰ ਨਹੀਂ ਆਉਣਗੀ। ਸੁਪੀਰ ਨੇ ਕਿਹਾ ਕਿ ਅਕਾਲੀ ਦਲ ਨੇ 15-15 ਸਾਲ ਜੇਲ੍ਹਾਂ ਕੱਟੀਆਂ, ਉਨ੍ਹਾਂ ਨੂੰ 2 ਮਹੀਨੇ ਜੇਲ੍ਹ ਵਿੱਚ ਰਹਿਣ ਲਈ ਕੋਈ ਫਰਕ ਨਹੀਂ ਪੈਂਦਾ। ਕਾਂਗਰਸ ਦੀ ਫੌਜ ਦਾ ਜਰਨੈਲ ਸ਼ਰਾਬੀ ਹੋ ਕੇ ਘਰ ਸੁੱਤਾ ਰਹਿੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਆਪ ਤੇ ਤੰਜ ਕਰ ਸਕਿਆ ਕਿ ਲੋਕ ਸਭਾ ਚੋਣਾਂ ਵਿੱਚ ਝਾੜੂ ਵਾਲਾ ਤੀਲਾ ਤੀਲਾ ਹੋ ਜਾਣਗੇ। ਤੇ ਖਬਰ ਦਿੱਲੀ ਤੋਂ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦੇ ਸਮੇਂ ਵਕਫਾ ਦੇ ਆਗੂ ਗੋਪਾਲ ਸਿੰਘ ਚਾਵਲਾ ਨੂੰ ਸ਼ਾਮਿਲ ਕੀਤੇ ਜਾਣ ਤੇ ਸਖ਼ਤ ਇਤਰਾਜ਼ ਜਤਾਇਆ ਤੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਜਿਹੜੇ ਸਮਾਗਮਾਂ ਦੇ ਕੰਮਾਂ ਵਿੱਚ ਕਿਸੇ ਵੀ ਵਕਫਵਾਦੀ ਜਾਂ ਉਸਦੇ ਟੱਟੂਆਂ ਨੂੰ ਸ਼ਾਮਿਲ ਨਾ ਕੀਤਾ ਜਾਏ। ਜਾਰੀ ਕੀਤੇ ਇੱਕ ਬਿਆਨ ਵਿੱਚ DSGMC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਭਾਵੇਂ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਲਈ ਨਵੀਂ ਕਮੇਟੀ ਦਾ ਗਠਨ ਸਵਾਗਤ ਲਾਇਕ ਕਦਮ ਹੈ, ਪਰ ਭਾਰਤ ਵਿੱਚ ਸਿੱਖ ਭਾਈਚਾਰੇ ਦੇ ਮੈਂਬਰ ਕਮੇਟੀ ਵਿੱਚ ਗੋਪਾਲ ਸਿੰਘ ਚਾਵਲਾ ਨੂੰ ਸ਼ਾਮਿਲ ਕੀਤੇ ਜਾਣ ਤੇ ਹੈਰਾਨ ਨੇ। ਉਨ੍ਹਾਂ ਕਿਹਾ ਕਿ ਗੋਪਾਲ ਸਿੰਘ ਚਾਵਲਾ ਸੰਯੁਕਤ ਰਾਸ਼ਟਰ ਅਤੇ ਸੰਸਾਰ ਭਾਈਚਾਰੇ ਵੱਲੋਂ ਰੋਕ ਲਗਾਏ ਗਏ ਅੱਤਵਾਦੀ ਹਾਫਿਜ਼ ਸਈਦ ਦਾ ਸਮਰਥਕ ਹੈ।
उन्हें कहा कि गोपाल सिंह चावला ने जनतक तौर पर भारत के खिलाफ हिंसा इस्तेमाल करने की वकालत की है तो अजिहे व्यक्ति नू जो दोनों देशों के रिश्तों में अड़चन पा रहा है नू गुरु नानक देव जी के 550वें प्रकाश पुरब समागम का हिस्सा नहीं होना चाहिए क्योंकि गुरु नानक देव जी ने तो शांति सद्भावना और आपसी प्यार भाईचारा कायम रखने संसारिक पद्धत परमात्मा का सुनेहा दिता है। गल करते हैं लोग सभा चोणों की, पंजाब में लोग सभा चोणों लैके 19 मई को वोटिंग हो रही है। इसको लैके अमृतसर जिला प्रशासन ने वोटरों को जागरूक करने की मुहिम का आगाज किया है। इस बाबत जिले के डिप्टी कमिश्नर शिव दुलार सिंह ने कहा कि जिले में 31 मार्च को मिनी मैराथन करवाई जाएगी जिसकी उन्हें टी शर्ट भी लॉन्च की जिसका उद्देश्य लोगों को वो वोटिंग करने प्रेरित करना है। उन्होंने कहा कि इस मिनी मैराथन में करीब वड्डी गिनती लोगों की शिरकत करने की उम्मीद है। जत पुलिस ने चोन जाबते दौरान तकरीबन 10 लाख रुपए की भारतीय करंसी समेत एक कपड़ा व्यापारी को काबू किया है। पुलिस अधिकारी के दसन मुताबिक नाकाबंदी की गई सी जिस दौरान कार सवार दो लोगों पासों 10,10,000 रुपए बरामद किए गए। पुलिस अधिकारी मुताबिक जिस कार सवार पासों ये नकदी बरामद की गई है वह इस बाबत कोई तसली बख्श जवाब नहीं दे सकया जिस कारण उन्होंने इस बाबत आमदन कर विभाग को सूचित कर दिया। I-20, I-10 ਗੱਡੀ HR-25E-5568 ਚੈਕਿੰਗ ਕੀਤੀ ਗਈ ਜੋ ਇਸ ਗੱਡੀ ਨੂੰ ਮਹੇਸ਼ ਕੁਮਾਰ ਅਤੇ ਪ੍ਰੇਮ ਰਕੇਸ਼ ਕੁਮਾਰ ਇਸ ਗੱਡੀ ਦੇ ਵਿੱਚ ਸਵਾਰ ਸਨ ਜੋ ਮਹੇਸ਼ ਕੁਮਾਰ ਪਾਸੋਂ ਇੱਕ ਥੈਲੇ ਦੇ ਵਿੱਚ 10,10,000 ਰੁਪਏ ਦੀ ਜਿਹੜੀ ਅਮਾਊਂਟ ਹੈ ਉਹ ਮਿਲੀ ਹੈ। जो महेश कुमार ने दसिया भी जे इस अमाउंट नालों वो कपड़े का व्यापारी है तो कपड़ा खरीदने लिए वो अमृतसर जा रहा है। उस पासों वैलिड्स डाकूमेंट्स या कोई होर बैंक की स्टेटमेंट्स की डिमांड की पर वो कोई भी वैलिड डाकूमेंट्स पुलिस को पेश नहीं कर सके जो कानून के अकॉर्डिंगली जी अमाउंट है वह सीज किया गया। उच्चता पंजाब सरकार का जंगलात महकमा अपनी जमीन तो नजायज कब्जे के खात्मे के वड्डे दावे कर रहा है पर पठानकोट में हालात कुछ वखरे ही नजर आ रहे हैं जिथे एक व्यक्ति ने जंगलात विभाग की जमीन से कब्जा करद महकमे वालों लाए बूटिया रोटावेटर राही तबाह कर दिता। इस मौके की एक वीडियो भी काफ़ी वायरल हो रही है। विभाग के उच्च अधिकारियों की मनी तो उन्होंने कहा कि उन्होंने कब्जाधारी खिलाफ कानूनी कार्रवाई की पहल की है। ਡਰ ਆ ਉੱਥੇ ਸਾਡੀ ਜਿਹੜੀ ਸਾਡੀ ਸਰਕਾਰੀ ਸਟ੍ਰਿਪ ਆ ਉੱਥੇ ਅਸੀਂ ਪਲਾਂਟੇਸ਼ਨ ਕੀਤੀ 2018-19 'ਚ ਉੱਥੇ ਕਿਸਾਨ ਆ ਸੁਰਿੰਦਰ ਸਿੰਘ ਸਾਨੂੰ ਅਜੀਤ ਸਿੰਘ ਉਹਨੇ ਅੱਗੇ ਵੀ ਨਜਾਇਜ਼ ਕਬਜ਼ਾ ਕੀਤਾ ਸੀ ਅਤੇ ਉਸ ਤੋਂ ਇਲਾਵਾ ਹੁਣ ਫਿਰ ਇਹਨੇ ਦੁਬਾਰਾ ਸਾਡੇ ਉੱਥੇ ਪਲਾਂਟੇਸ਼ਨ ਦੇ ਬੂਟੇ 200 ਪੁੱਟ ਕੇ ਲਗਭਗ 3 ਵਾਰ ਜ਼ਮੀਨ ਜਿਹੜੀ ਆ ਪੁੱਟ ਕੇ ਸੈਕਟਰ ਦੀ ਭਾਈ ਕਰਕੇ ਆਪਣੇ ਕਬਜ਼ੇ 'ਚ ਲੈ ਲਈ ਹੈ। ਇਸ ਸੰਬੰਧ ਵਿੱਚ ਜਿਹੜਾ ਸਾਡਾ ਸਟਾਫ ਹੁੰਦਾ ਟਰੈਕਟਰ ਆਪਣਾ ਲੈ ਕੇ ਭੱਜ ਗਿਆ ਇਸ ਵਕਤ ਅਸੀਂ ਆਪਣੇ ਥਾਣਾ ਸਦਰ ਕਾਨਵਾ ਜਿਹੜਾ ਪਠਾਨਕੋਟ ਆ ਉੱਥੇ ਸੂਚਨਾ ਦਿੱਤੀ ਉਸ ਤੋਂ ਬਾਅਦ ਲਿਖਤੀ ਰੂਪ ਵਿੱਚ ਵੀ ਮੁੱਖ ਥਾਣਾ ਅਫਸਰ ਅਸੀਂ ਸਦਰ ਨੂੰ ਪਠਾਨਕੋਟ ਨੂੰ ਲਿਖਿਆ ਇਸ ਨੂੰ ਮੁਸਲਤ ਕਾਰਵਾਈ ਕੀਤੀ ਜਾਵੇ। ਸ੍ਰੀ ਮੁਕਤਸਰ ਸਾਹਿਬ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਸਾਉਣੀ ਦੀਆਂ ਫਸਲਾਂ ਅਤੇ ਫਸਲੀ ਵਿਪੰਨਤਾ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਦਾ ਉਦਘਾਟਨ ਡਿਪਟੀ ਕਮਿਸ਼ਨਰ MK ਅਰਵਿੰਦ ਕੁਮਾਰ ਨੇ ਕੀਤਾ। ਇਸ ਮੌਕੇ ਹਾਜ਼ਰ ਕਿਸਾਨਾਂ ਨੂੰ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਸੰਬੰਧੀ ਫਸਲਾਂ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ ਪਸ਼ੂ ਪਾਲਕਾਂ ਨੂੰ ਪਸ਼ੂਆਂ ਨਾਲ ਸੰਬੰਧਿਤ ਧਾਤਾਂ ਨਰਮੇ ਦੀ ਫਸਲ ਉੱਪਰ ਕੀਟਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਤੋਂ ਹੋਣ ਵਾਲੇ ਨੁਕਸਾਨ ਅਤੇ ਬਚਾਅ ਸੰਬੰਧੀ ਨੁਕਤੇ ਦੱਸੇ ਗਏ। ਇਸ ਮੌਕੇ ਪਹੁੰਚੇ ਕਿਸਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰ 1 ਜੂਨ ਤੋਂ ਝੋਨਾ ਲਾਉਣ ਦੀ ਮਨਜ਼ੂਰੀ ਦਿੱਤੀ ਅਤੇ ਇਸ ਨਾਲ ਉਹਨਾਂ ਦੇ ਮਸਲੇ ਹੱਲ ਹੋ ਜਾਣਗੇ। ਕਿਹੜਾ ਜੋੜਿਆ ਵੀ ਜਿਹੜਾ ਕਿਸਾਨ ਮੇਲਾ ਹੋਇਆ
ਇਹਦੇ ਵਿੱਚ ਝੋਨੇ ਦੀ ਬਿਜਾਈ ਦਾ ਜਿਹੜਾ ਮੁੱਖ ਮਸਲਾ ਹੈ ਉਹ ਝੋਨੇ ਦੀ ਬਿਜਾਈ ਦਾ। ਝੋਨੇ ਦੀ ਬਿਜਾਈ ਜੇ ਕਜੂਰ ਕਰ ਦਿੱਤੀ ਜਾਂਦੀ ਹੈ, ਝੋਨੇ ਦੀ ਸਿਰ ਦਾ, ਨਮੀ ਦਾ, ਪ੍ਰਦੂਸ਼ਣ ਦਾ, ਪਰਾਲੀ ਦਾ, ਸਾਰੀਆਂ ਚੀਜ਼ਾਂ ਦਾ ਜਿਹੜਾ ਹੱਲ ਹੋ ਸਕਦਾ। ਅਤੇ ਪਿਛਲੇ ਸਮੇਂ ਦੌਰਾਨ ਕਿਸਾਨ ਆਗੂਆਂ ਨੇ ਮਰਮਤ ਰੱਖ ਕੇ ਸਰਕਾਰ ਤੋਂ ਮੰਗ ਪ੍ਰੈਸ ਦੇ ਵਿੱਚ ਆਈ ਵੀ ਹੈ, ਮੰਨੀ ਹੈ, ਪਰ ਇਹਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਸਾਡੀ ਮੰਗ ਇਹਦਾ ਨੋਟੀਫਿਕੇਸ਼ਨ ਜਾਰੀ ਹੋਵੇ ਅਤੇ ਪਹਿਲੀ ਨੋਟ ਤੋਂ ਕਿਸਾਨ ਝੋਨਾ ਲਵੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਸ੍ਰੀ ਮੁਕਤਸਰ ਸਾਹਿਬ ਵਿਖੇ ਨਗਰ ਕੀਰਤਨ ਸਜਾਏ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਛਾਹ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਗਏ ਇਸ ਵਿਸ਼ਾਲ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਾਸੀ ਭਰੀ ਅਤੇ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ, ਸਮੁੱਚਾ ਗੁਰੂ ਖਾਲਸਾ ਪੰਥ ਸ਼ਤਾਬਦੀ ਰੂਪ ਦੇ ਵਿੱਚ 2019 ਵਰ੍ਹੇ ਦੇ ਅੰਦਰ ਮਨਾਉਣ ਜਾ ਰਿਹਾ। ਵੱਡੇ ਸਮਾਗਮ ਜਿਹੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਉਲੀਕੇ ਗਏ ਨੇ। ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਦੇ ਵਿੱਚ ਵੀ ਸਮਾਗਮ ਹੋਣੇ ਨੇ ਅਤੇ ਇਹਨਾਂ ਮਹਾਨ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਜਗ੍ਹਾ ਜਗ੍ਹਾ ਸੰਗਤਾਂ ਵੱਲੋਂ ਨਗਰ ਕੀਰਤਨ, ਗੁਰਮਤਿ ਸਮਾਗਮ, ਸੈਮੀਨਾਰ ਅਤੇ ਹੋਰ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਜਿਹੜੇ ਨੇ ਉਹ ਆਯੋਜਿਤ ਕੀਤੇ ਜਾ ਰਹੇ ਨੇ। ਇਸੇ ਲੜੀ ਦੇ ਤਹਿਤ ਹੀ ਨਿਰੋਲ ਸੇਵਾ ਸੰਸਥਾ ਵੱਲੋਂ ਸ੍ਰੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਦੇ ਵਿੱਚ ਅੱਜ ਨਗਰ ਕੀਰਤਨ ਪ੍ਰਾਰੰਭ ਹੋ ਰਿਹਾ, ਜਿਹੜਾ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ ਗੁਰਦੁਆਰਾ ਬੇਰ ਸਾਹਿਬ ਵਿਖੇ ਜਾ ਕੇ ਸਮਾਪਤ ਹੋਣਾ। ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ, ਗੁਰਮਤਿ ਸਮਾਗਮਾਂ ਨੂੰ ਲੈ ਕੇ ਬੜਾ ਉਤਸ਼ਾਹ ਹੈ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸਚੀਵਾਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕਰਾਏ ਵਰਲਡ ਸੇਵ ਵਾਟਰ ਡੇ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਪਾਣੀਆਂ ਦੇ ਗੰਦਲੇਪਣ ਬਾਰੇ ਡੂੰਘਾਈ ਨਾਲ ਵਿਚਾਰ ਚਰਚਾ ਕੀਤੀ। ਇਸ ਸੈਮੀਨਾਰ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ BS ਘੁੰਮਣ ਨੇ ਵੀ ਸ਼ਮੂਲੀਅਤ ਕੀਤੀ। ਸਚੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਨੌਜਵਾਨਾਂ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ। ਕਿਉਂਕਿ ਜਿਹੜਾ ਮਾਲਵੇ ਦੇ ਵਿੱਚ ਜਿਹੜਾ ਪਾਣੀ ਆ ਉਹਦੇ ਵਿੱਚ ਸੋਰਾ ਧਰਤੀ ਹੇਠਲਾ ਪਾਣੀ ਖਰਾਬ ਆ ਅਤੇ ਉਹ ਸਾਰਾ ਦਰਿਆ ਸਤਲੁਜ ਅਤੇ ਬਿਆਸ ਦਾ ਪਾਣੀ ਜਿਹੜਾ ਨਹਿਰਾਂ ਰਾਹੀਂ ਜਾਂਦਾ ਉਹ ਪੀਂਦੇ ਆ ਜਾਂ ਰਾਜਸਥਾਨ ਦੇ ਲੋਕ ਜਿਹੜੇ ਆ ਸੋ ਜਿਹੜੇ ਅੰਮ੍ਰਿਤ ਵਰਗਾ ਪਾਣੀ ਜਿਹੜਾ ਦਰਿਆ ਸਤਲੁਜ ਦੇ ਵਿੱਚ ਗਲੇਸ਼ੀਅਰ ਖੁਰ ਕੇ ਆਉਂਦਾ, ਬਿਆਸ ਦੇ ਵਿੱਚ ਗਲੇਸ਼ੀਅਰ ਖੁਰ ਕੇ ਪਾਣੀ ਆਉਂਦਾ ਉਹਦੇ 'ਤੇ ਵਿਗਿਆਨ ਕੋਈ ਉਂਗਲੀ ਨਹੀਂ ਚੁੱਕ ਸਕਦਾ। ਸੋ ਜਦੋਂ ਪਿੰਡਾਂ ਸ਼ਹਿਰਾਂ ਦੇ ਗੰਦਗੀ ਪੈਂਦੀ ਆ ਜਾਂ ਖਾਸ ਕਰਕੇ ਲੁਧਿਆਣੇ ਦਾ ਬੁੱਢਾ ਦਰਿਆ ਜਿਹੜਾ ਗੰਦੇ ਨਾਲੇ ਦੇ ਰੂਪ ਵਿੱਚ ਵਗ ਰਿਹਾ, ਕਾਲਾ ਸਿੰਘ ਡਰੇਨ ਜਲੰਧਰ ਦਾ ਪਾਣੀ ਆ ਰਿਹਾ, ਜਮਸ਼ੇਦ ਡਰੇਨ, ਅਗਵਾੜਾ ਡਰੇਨ, ਚਿੱਟੀ ਵੇਨ ਆਈ ਸਤਲੁਜ ਪੈ ਕੇ ਅੱਗੇ ਜਾ ਕੇ ਹਰੀ ਕੇ ਹੈਡ ਤੋਂ ਇਹ ਸਾਰਾ ਰਲ ਕੇ ਧਰਤੀ ਹੇਠ ਵੀ ਪਾਣੀ ਇਹ ਰਿਚਾਰਜ ਹੋ ਰਿਹਾ। ਕਿਉਂਕਿ ਪਿਛਲੇ ਸਮੇਂ 'ਚ ਤੁਸੀਂ ਦੇਖਿਆ ਸੀ ਕਿ ਦਰਿਆ ਬਿਆਸ ਦੇ ਵਿੱਚ ਸ਼ੀਰਾ ਰਲਿਆ ਸੀ ਅਤੇ ਉਹਦੇ ਨਾਲ ਬਹੁਤ ਜ਼ਿਆਦਾ ਅਕੋਲੋਜੀ ਜਿਹੜੀਆਂ ਮੱਛੀਆਂ ਜਿਹੜੀਆਂ ਸੀ ਉਹ ਮਰੀਆਂ, ਬਹੁਤ ਨੁਕਸਾਨ ਹੋਇਆ। ਪਰ ਜਿਹੜਾ ਸਤਲੁਜ ਦਰਿਆ ਵਿੱਚ ਉਹਦੇ ਵਿੱਚ ਤਾਂ ਈ ਗ੍ਰੇਡ ਪਾਣੀ ਚੱਲ ਰਿਹਾ, ਕੈਮੀਕਲ ਚੱਲ ਰਿਹਾ, ਉੱਥੇ ਤਾਂ ਕੋਈ ਚੀਜ਼ ਸਰਵਾਈਵ ਵੀ ਨਹੀਂ ਕਰ ਸਕਦੀ। ਇਹ ਬਹੁਤ ਵੱਡਾ ਨੁਕਸਾਨ ਹੋਇਆ, ਬਹੁਤ ਵੱਡੀ ਜਿਹੜੀ ਸਾਡੇ ਕੋਲ ਗੁਨਾਹ ਹੋਇਆ। ਇਹਦੇ ਵਾਸਤੇ ਸਾਨੂੰ ਅੱਗੇ ਤੋਂ ਚਾਹੀਦਾ ਕਿ ਇਹਨੇ ਤੁਰੰਤ ਗੰਦੇ ਪਾਣੀ ਜੋ ਕੁਛ ਇਹ ਪਾਣੀ ਟ੍ਰੀਟ ਹੋ ਕੇ ਖੇਤੀ ਨੂੰ ਲੱਗਣ ਅਤੇ ਨਦੀਆਂ ਦਰਿਆ ਜਿਹੜੇ ਹੈਗੇ ਉਹ ਸਾਫ਼ ਸੁਥਰਾ। ਅੱਜ ਅਸੀਂ ਵਰਲਡ ਵਾਟਰ ਡੇ ਸੈਲੀਬ੍ਰੇਟ ਕੀਤਾ ਜਿਹਦੇ ਵਿੱਚ ਬਾਬਾ ਜੀ ਦੇ ਵਡਮੁੱਲੇ ਵਿਚਾਰ ਸੁਣਨ ਦਾ ਸਾਨੂੰ ਮੌਕਾ ਮਿਲਿਆ। ਬਾਬਾ ਜੀ ਵੈਸੇ ਤਾਂ ਆਪਣਾ ਸੁਨੇਹਾ ਖੁਦ ਦੇਣਗੇ, ਪਰ ਜੋ ਸੁਨੇਹਾ ਬਾਬਾ ਜੀ ਨੇ ਦਿੱਤਾ ਵੀ ਜੇ ਅੱਜ ਆਪਾਂ ਆਪਣੇ ਵਾਤਾਵਰਨ ਨੂੰ ਨਾ ਸੰਭਾਲ ਸਕੇ, ਜਿਸ ਤਰ੍ਹਾਂ ਵਾਤਾਵਰਨ ਨਾਲ ਖਿਲਵਾੜ ਹੋਇਆ ਤਾਂ ਜਿਹੜੀ ਯੰਗ ਜਨਰੇਸ਼ਨ ਆ ਉਹਦਾ ਇੱਕ ਫਰਜ਼ ਬਣ ਜਾਂਦਾ ਵੀ ਉਸ ਵਾਤਾਵਰਨ ਦਾ ਸੰਭਾਲ ਕਰ ਸਕਣ, ਤਾਂ ਕਿ ਆਉਣ ਵਾਲੀਆਂ ਜਨਰੇਸ਼ਨ ਉਹ ਕੁਛ ਨਾ ਮਤਲਬ ਕਿ ਸਜ਼ਾ ਭੁਗਤਣ ਜੋ ਅੱਜ ਦੀ ਜਨਰੇਸ਼ਨ ਭੁਗਤ ਰਹੀ ਹੈ। ਇਸ ਕਰਕੇ ਬਾਬਾ ਜੀ ਨੇ ਜੋ ਸਾਡੀ ਡਿਊਟੀ ਲਗਾਈ ਹੈ ਵੀ ਅਸੀਂ ਇਕੱਠੇ ਹੋ ਕੇ ਸਾਰੇ ਵਾਤਾਵਰਨ ਨੂੰ ਸੰਭਾਲੀਏ, ਇੱਕ ਜਨ ਅੰਦੋਲਨ ਬਣਾਈਏ, ਤਾਂ ਕਿ ਉਸ ਜਨ ਅੰਦੋਲਨ ਦੇ ਰਾਹੀਂ ਅਸੀਂ ਵਾਤਾਵਰਨ ਨੂੰ ਅੱਛਾ ਬਣਾ ਕੇ ਭਾਰਤ ਨੂੰ ਅਤੇ ਪੰਜਾਬ ਨੂੰ ਇੱਕ ਆਦਰਸ਼ ਦੇਸ਼ ਅਤੇ ਸੂਬਾ ਬਣਾ ਸਕੀਏ।
ਅੱਗੇ ਵਧਿਆ। ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਦੇਣ ਦਾ ਦਾਅਵਾ ਕਰਦੀ ਨਹੀਂ ਥੱਕਦੀ, ਪਰ ਅਸਲ ਹਕੀਕਤ ਆ ਹਸਪਤਾਲਾਂ ਦਾ ਦੌਰਾ ਕਰਨ ਦੇ ਹੀ ਸਾਹਮਣੇ ਆਉਂਦੀ ਹੈ। ਤਾਜ਼ਾ ਮਾਮਲਾ ਜੈਤੋ ਦੇ ਸਿਵਲ ਹਸਪਤਾਲ ਦਾ ਹੈ, ਜਿੱਥੇ ਡਾਕਟਰਾਂ ਦੀ ਘਾਟ ਕਾਰਨ ਆਮ ਮਰੀਜ਼ਾਂ ਨੂੰ ਪਰੇਸ਼ਾਨੀ ਚੱਲਣੀ ਪੈ ਰਹੀ ਹੈ। ਹਾਲਾਤ ਇੱਥੋਂ ਤੱਕ ਖਰਾਬ ਨੇ ਕਿ ਸ਼ਾਮ ਦੇ 5 ਵਜੇ ਤੋਂ ਬਾਅਦ ਹਸਪਤਾਲ ਦੀ ਐਮਰਜੈਂਸੀ ਸੇਵਾਵਾਂ ਠੱਪ ਹੋ ਕੇ ਰਹਿ ਜਾਂਦੀਆਂ ਨੇ। ਆਮ ਲੋਕਾਂ ਦੀ ਮੰਨੀਏ ਤਾਂ 5 ਵਜੇ ਤੋਂ ਬਾਅਦ ਜ਼ਿਆਦਾ ਐਮਰਜੈਂਸੀ ਵਾਲੇ ਮਰੀਜ਼ ਨੂੰ ਇੱਥੋਂ ਰੈਫਰ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਮਰੀਜ਼ ਦੇ ਜਾਨੀ ਨੁਕਸਾਨ ਦਾ ਖਦਸ਼ਾ ਵੱਧ ਜਾਂਦਾ ਹੈ। ਹੁਣ ਵੇਖਣਾ ਇਹ ਹੋਏਗਾ ਕਿ ਸਿਹਤ ਮਹਿਕਮੇ ਦੇ ਅਧਿਕਾਰੀ ਜੈਤੋ ਵਾਸੀਆਂ ਦੀ ਇਸ ਮੁਸ਼ਕਿਲ ਦਾ ਹੱਲ ਕਦੋਂ ਲੱਭਦੇ ਨੇ। ਥਾਣਾ ਸੱਦਰ ਪੱਟੀ ਦੀ ਪੁਲਿਸ ਨੇ ਪਿੰਡ ਦੁਬੱਲੀ ਵਿੱਚ ਬੀਤੇ ਦਿਨੀ ਫੌਜੀ ਦੇ ਕਤਲ ਦਾ ਮਾਮਲਾ ਹੱਲ ਕਰਦਾ ਦਾਅਵਾ ਕੀਤਾ ਹੈ। ਦੱਸ ਦਈਏ ਕਿ ਬੀਤੇ ਦਿਨੀ ਪਿੰਡ ਦੁਬੱਲੀ ਵਿੱਚ ਫੌਜੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਕਤਲ ਤੋਂ ਬਾਅਦ ਫੌਜੀ ਦੀ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੱਦਰ ਪੱਟੀ ਦੇ ਮੁਖੀ ਸ਼ਿਵਦਰਸ਼ਨ ਸਿੰਘ ਨੇ ਕਿਹਾ ਕਿ 22 ਮਾਰਚ ਨੂੰ ਦੁਬੱਲੀ ਵਿੱਚ ਫੌਜੀ ਲਖਬੀਰ ਸਿੰਘ ਦੀ ਲਾਸ਼ ਮਿਲੀ ਸੀ। ਜਾਂਚ ਵਿੱਚ ਪਤਾ ਲੱਗਿਆ ਕਿ ਫੌਜੀ ਦੇ ਦੋਵਾਂ ਲੜਕਿਆਂ ਜਗਜੀਤ ਸਿੰਘ ਉਰਫ ਜੋਜੀ ਅਤੇ ਜਗਰੂਪ ਸਿੰਘ ਉਰਫ ਜੱਗਾ ਨੇ ਹੀ ਉਹਨਾਂ ਦਾ ਕਤਲ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਜਗਜੀਤ ਸਿੰਘ ਉਰਫ ਜੋਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੂਸਰਾ ਲੜਕਾ ਜਗਰੂਪ ਸਿੰਘ ਉਰਫ ਜੱਗਾ ਹਾਲੇ ਫਰਾਰ ਹੈ। ਥਾਣਾ ਮੁਖੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਜੋਜੀ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਸਦੇ ਪਿਤਾ ਫੌਜੀ ਲਖਬੀਰ ਸਿੰਘ ਉਹਨਾਂ ਨੂੰ ਅਕਸਰ ਕੰਮਕਾਜ ਕਰਨ ਲਈ ਕਹਿੰਦੇ ਰਹਿੰਦੇ ਸਨ ਤੇ ਇਸ ਗੱਲੋਂ ਰੋਜ਼ਾਨਾ ਘਰ ਵਿੱਚ ਕਲੇਸ਼ ਰਹਿੰਦਾ ਸੀ। ਪੁਲਿਸ ਨੇ ਫਰਾਰ ਦੂਜੇ ਮੁੰਡੇ ਨੂੰ ਵੀ ਜਲਦ ਕਾਬੂ ਕਰਨ ਦਾ ਦਾਅਵਾ ਕੀਤਾ। ਅਗਲੇ ਬੁਲਟਿਨ 'ਚ ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਖਾਸ ਖਬਰਾਂ ਦੇ ਨਾਲ। ਤਦ ਤੱਕ ਲਈ ਇਜਾਜ਼ਤ ਦਿਓ, ਧੰਨਵਾਦ।